ਤੁਸੀਂ ਘਰ ਦੇਖ ਰਹੇ ਹੋ, ਨਾ ਤਾਂ ਇਹ ਇੱਟਾਂ ਨਾਲ ਬਣਿਆ, ਨਾ ਇਹ ਬਲੌਕਾਂ ਨਾਲ ਬਣਿਆ, ਨਾ ਹੀ ਇਹ ਕੰਕਰੀਟ ਦਾ ਬਣਿਆ ਹੋਇਆ। ਇਹ ਅਸੀਂ ਸਿਰਫ 45 ਦਿਨ 'ਚ ਰੈਡੀ ਕੀਤਾ, ਰੈਡੀ ਟੂ ਮੂਵ ਇਨ, ਟਾਇਲਾਂ, ਪੇਂਟ, ਪਲੰਬਿੰਗ ਸਾਰਾ ਕੰਮ। ਵੀ ਸਾਡੇ ਬਣਾਏ ਹੋਏ ਘਰ 'ਚ ਕਦੀ ਵੀ ਸ਼ੋਰਾ, ਸਲਾਬ, ਸਲੂਬ ਕਦੀ ਨਹੀਂ ਨਜ਼ਰ ਆਊਗਾ, ਔਰ ਲਾਈਫ ਟਾਈਮ ਦੀ ਗਰੰਟੀ ਹੈ ਜੀ। 2 ਬਣਾਓ, 4 ਬਣਾਓ, 6 ਬਣਾਓ, ਜਿੰਨੀਆਂ ਮਰਜ਼ੀ ਮੰਜ਼ਿਲ ਬਣਾਓ, ਕੋਈ ਪ੍ਰੋਬਲਮ ਨਹੀਂ। ਇਹ ਘਰ ਬਣਿਆ ਸਰ ਦਾ ਫੋਰਨ ਘਰ ਬਣਦੇ ਆ, ਬਿਲਕੁਲ ਸੇਮ ਟੈਕਨੋਲੋਜੀ ਦੇ ਨਾਲ। ਸਾਡੀ ਜਿਹੜੀ ਬਿਲਡਿੰਗ ਹੈ 100% ਅਰਥਕੁਇਕ ਰੈਜ਼ਿਸਟੈਂਟ ਹੈ। ਇਹਨਾਂ ਘਰਾਂ ਦੀ ਖਾਸੀਅਤ ਇਹ ਹੈ ਕਿ ਇਹ ਗਰਮੀਆਂ 'ਚ ਠੰਡੇ ਰਹਿੰਦੇ ਨੇ ਔਰ ਸਰਦੀਆਂ 'ਚ ਗਰਮ ਰਹਿੰਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਜੋ ਮੇਰੇ ਮਗਰ ਤੁਸੀਂ ਘਰ ਦੇਖ ਰਹੇ ਹੋ, ਨਾ ਤਾਂ ਇਹ ਇੱਟਾਂ ਨਾਲ ਬਣਿਆ, ਨਾ ਇਹ ਬਲੌਕਾਂ ਨਾਲ ਬਣਿਆ, ਨਾ ਹੀ ਇਹ ਕੰਕਰੀਟ ਦਾ ਬਣਿਆ ਹੋਇਆਗਾ। ਹੁਣ ਤੁਸੀਂ ਸੋਚ ਰਹੇ ਹੋਗੇ ਵੀ ਇਹੋ ਜਿਹਾ ਘਰ ਕਿਹੜਾ ਲੈ ਕੇ ਆਇਆ ਬਾਈ, ਵੀ ਕਿਹੜੀ ਤਕਨੀਕ ਨਾਲ ਬਣਿਆ ਹੋਇਆ। ਅਤੇ ਸਭ ਤੋਂ ਵੱਡੀ ਗੱਲ ਹੈ ਵੀ ਗਰਮੀਆਂ 'ਚ ਠੰਡਾ ਰਹਿੰਦਾ, ਠੰਡਾਂ 'ਚ ਗਰਮ ਰਹਿੰਦਾ, ਅਤੇ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ। ਉਹ ਸਾਰੀ ਗੱਲਬਾਤ ਆਪਾਂ ਸਰ ਹੋਰਾਂ ਤੋਂ ਜਾਣਾਂਗੇ ਅਤੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ? ਸਰ, ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਨਾਮ ਅਤੇ ਆਪਣੀ ਫਰਮ ਦਾ ਨਾਮ ਦੱਸ ਦੀ। ਮੇਰਾ ਨਾਮ ਰਾਹੁਲ ਹੈ ਅਤੇ ਸਾਡੀ ਫਰਮ ਦਾ ਨਾਮ ਹੈ ਇੰਡੀਊ ਪ੍ਰੀਫੈਬ ਪ੍ਰਾਈਵੇਟ ਲਿਮਿਟਿਡ। ਹਿਮਾਚਲ ਰਜਿਸਟਰਡ ਕੰਪਨੀ ਹੈ ਜਿਹਦਾ ਹੁਣ ਆਫਿਸ ਮੋਹਾਲੀ ਵੀ ਹੈਗਾ, ਦਿੱਲੀ ਵੀ ਹੈਗਾ, ਅਤੇ ਅਸੀਂ ਕੰਮ ਪੈਨ ਇੰਡੀਆ ਕਰਦੇ ਹਾਂ ਜੀ। ਹਾਂਜੀ ਸਰ, ਹੁਣ ਜਿਵੇਂ ਦਰਸ਼ਕਾਂ ਨੂੰ ਮੈਂ ਦੱਸਿਆ ਵੀ ਇਹ ਘਰ ਪਤਾ ਨਹੀਂ ਕਿਹੜੀ ਤਕਨੀਕ ਨਾਲ ਬਣਿਆ। ਹਾਂਜੀ ਹਾਂਜੀ, ਉਹ ਹੁਣ ਤਕਨੀਕ ਦਾ ਵੀ ਖੁਲਾਸਾ ਕਰਦੀ ਵੀ ਕਿਹੜੀ ਤਕਨੀਕ ਨਾਲ ਬਣਿਆ। ਹਾਂਜੀ ਹਾਂਜੀ, ਇਹ ਘਰ ਬਣਿਆ ਸਰ ਲਾਈਟ ਗੇ ਸਟੀਲ ਸਟਰਕਚਰਸ ਦੇ ਨਾਲ, ਜਿੱਦਾਂ ਫੋਰਨ ਘਰ ਬਣਦੇ ਆ, ਬਿਲਕੁਲ ਸੇਮ ਟੈਕਨੋਲੋਜੀ ਦੇ ਨਾਲ। ਸਾਰਾ ਇਹਦਾ ਜੋ ਫਰੇਮਵਰਕ ਹੈਗਾ ਉਹ ਸਟੀਲ ਦਾ ਹੈਗਾ। ਠੀਕ, ਲਾਈਟ ਗੇ ਸਟੀਲ ਹੈ, ਮਤਲਬ ਜਿਹਦੇ ਉੱਤੇ 150 GSM ਦੀ ਕੋਟਿੰਗ ਹੈ, ਮਤਲਬ ਉਹਨੂੰ ਕਦੀ ਵੀ ਜੰਗ ਨਹੀਂ ਲੱਗੂਗਾ। ਠੀਕ ਹੈ। ਔਰ ਇਹਦੀ ਸਟਰੈਂਥ ਜੋ ਸਟੀਲ ਯੂਜ਼ ਕੀਤਾ ਗਿਆ ਹੈ 550 MPa ਇਹਦੀ ਸਟਰੈਂਥ ਹੈਗੀ ਹੈ, ਅਤੇ ਕਾਫੀ ਮਜ਼ਬੂਤ ਔਰ ਡਿਊਰੇਬਲ ਘਰ ਹੁੰਦੇ ਨੇ। RCC ਦੇ ਕੰਪੈਰੀਜ਼ਿਵਲੀ ਇਹ ਜ਼ਿਆਦਾ ਡਿਊਰੇਬਲ ਨੇ, ਜੋ ਅਸੀਂ ਕਨਵੈਨਸ਼ਨਲ ਕੰਸਟਰਕਸ਼ਨ ਹੈਗੀ ਸਾਡੀ। ਠੀਕ ਹੈ, ਉਹਦੇ ਤੋਂ ਜ਼ਿਆਦਾ ਵਧੀਆ ਘਰ ਨੇ ਇਹ। ਟ੍ਰੈਡੀਸ਼ਨਲ ਮੈਥਡ ਤੋਂ ਮਤਲਬ ਫਰਕ ਹੈ? ਹਾਂਜੀ, ਅਤੇ ਮਜ਼ਬੂਤੀ ਵੀ ਜ਼ਿਆਦਾ ਰਹਿੰਦੀ ਹੈ? ਮਜ਼ਬੂਤੀ ਵੀ ਜ਼ਿਆਦਾ ਹੈ ਜੀ। ਠੀਕ ਹੈ ਸਰ। ਹਾਂਜੀ, ਅਤੇ ਸਰ ਆਪਾਂ ਅੰਦਰ ਚੱਲਦੇ ਹਾਂ ਜੀ। ਹਾਂਜੀ, ਗੱਲਬਾਤ ਕਰਦੇ ਹਾਂ। ਹਾਂਜੀ, ਇੱਕ ਤਾਂ ਜੋ ਤੁਸੀਂ ਸਮਾਂ ਮੈਨੂੰ ਦੱਸਿਆ ਵੀ ਬਾਕੀ ਇੰਨਾ ਘੱਟ ਸਮਾਂ ਲੱਗਿਆ, ਕਿੰਨੇ ਸਕੁਅਰ ਫੁੱਟ ਏਰੀਆ, ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਹੋਇਆ? ਸਰ, ਇਹਦਾ ਟੋਟਲ ਜੋ ਕਵਰਡ ਸਕੁਅਰ ਫੁੱਟ ਏਰੀਆ ਹੈਗਾ ਸਾਡਾ 1350 ਸਕੁਅਰ ਫੁੱਟ ਏਰੀਆ ਹੈ, ਅਤੇ 15 January ਨੂੰ ਅਸੀਂ ਕੰਮ ਸ਼ੁਰੂ ਕੀਤਾ ਸੀਗਾ। ਹਾਲਾਂਕਿ ਇਹ ਪਲੋਟ 3 ਫੁੱਟ ਗਹਿਰਾ ਸੀਗਾ। ਠੀਕ ਹੈ ਜੀ। ਅਤੇ 15 January ਨੂੰ ਕੰਮ ਸ਼ੁਰੂ ਕਰਕੇ ਅਸੀਂ 15 March ਨੂੰ ਹੈਂਡਓਵਰ ਕਰਤਾ ਇਸ ਘਰ ਦਾ। ਸਿਰਫ 2 ਮਹੀਨੇ 'ਚ? ਪੂਰੇ 2 ਮਹੀਨੇ ਦੇ ਅੰਦਰ ਅੰਦਰ। ਕਿਆ ਬਾਤ ਹੈ ਜੀ। ਹਾਂਜੀ ਹਾਂਜੀ। ਅਤੇ ਸਰ ਹੁਣ ਜੇ ਸ਼ੁਰੂ ਕਰੀਏ, ਹਾਂਜੀ, ਫਾਊਂਡੇਸ਼ਨ ਤੋਂ ਗੱਲ ਕਰੀਏ, ਹਾਂਜੀ, ਇਹਨੂੰ ਆਪਾਂ ਗਰਾਊਂਡ ਲੈਵਲ 'ਤੇ ਤਾਂ ਆਪਾਂ ਨੋਰਮਲ ਨਿਵਾਂ ਭਰਦੇ ਹੋਵਾਂਗੇ? ਹਾਂਜੀ ਬਿਲਕੁਲ, ਨਿਵਾਂ ਜੋ ਕਨਵੈਨਸ਼ਨਲ ਤਰੀਕਾ ਹੈ ਉਹ ਸੇਮ ਤਰੀਕਾ ਹੈ, ਪਰ ਕੀ ਹੈ ਸਾਡਾ ਜਿਹੜਾ ਸਟਰਕਚਰ ਹੈਗਾ ਉਹ 70-60% ਲਾਈਟਰ ਹੈਗਾ ਦੂਸਰੀ ਕੰਸਟਰਕਸ਼ਨ ਦੇ ਨਾਲੋਂ, ਅਤੇ ਸਾਨੂੰ ਫਾਊਂਡੇਸ਼ਨ ਇੰਨੀ ਗਹਿਰੀ ਨਹੀਂ ਕਰਨੀ ਪੈਂਦੀ ਹੈ। ਠੀਕ ਹੈ ਜੀ। ਇੰਨੀ ਹੈਵੀ ਨਹੀਂ ਰੱਖਣੀ ਪੈਂਦੀ। ਠੀਕ ਹੈ ਜੀ। ਅਤੇ ਬਸ ਇੱਕ ਥੱਲਿਓਂ ਬਸ ਜੋੜਨ ਵਾਸਤੇ ਆਪਾਂ ਨੂੰ, ਹਾਂਜੀ, ਪਲਿੰਥ ਬੀਮ ਉੱਦਾਂ ਹੀ ਪਊਗਾ, ਟਾਈ ਉੱਦਾਂ ਹੀ ਹੋਣਗੇ, ਅਪ ਟੂ ਫਲੋਰ ਲੈਵਲ, ਅਪ ਟੂ ਪਲਿੰਥ ਲੈਵਲ। ਠੀਕ ਹੈ ਜੀ। ਹਾਂਜੀ, ਜਦੋਂ DPC ਆ ਗਈ ਉਸ ਤੋਂ ਉੱਪਰ ਆਪਣਾ ਸਾਰਾ ਸਟਰਕਚਰ, ਆਪਣਾ ਸਾਰਾ ਸਟਰਕਚਰ ਐਵੇਂ ਬਣੂਗਾ ਜੀ। ਠੀਕ ਹੈ ਜੀ। ਔਰ ਇਹਨੂੰ ਇਸ ਸਟਰਕਚਰ ਨੂੰ ਅਸੀਂ ਕੈਮੀਕਲ ਫਾਸਟਨਰ ਔਰ ਮਕੈਨੀਕਲ ਫਾਸਟਨਰ ਦੇ ਨਾਲ ਜੋ ਸਾਡਾ ਪਲਿੰਥ ਬੀਮ ਹੈ ਉਹਦੇ ਨਾਲ ਟਾਈ ਕਰਦੇ ਰਹਿੰਦੇ ਹਾਂ। ਠੀਕ ਹੈ ਜੀ। ਹਾਂਜੀ, ਉਹਦਾ ਮੇਨ ਬੈਨੀਫਿਟ ਇਹ ਹੋ ਜਾਂਦਾ ਵੀ ਇਹ ਸਦਾ ਵਾਸਤੇ ਖੜਾ, ਸਦਾ, ਮਤਲਬ ਇਸ ਕੀ ਹੈ ਵਿੰਡ ਪ੍ਰੈਸ਼ਰ, ਅਰਥਕੁਏਕ ਜਾਂ ਜੋ ਵੀ ਸਾਡੇ ਲੋਡਸ ਹੈ ਸਾਰੇ ਕੈਲਕੂਲੇਟਿਡ ਨੇ। ਲਾਈਵ ਲੋਡ ਕਿੰਨਾ ਆਉਣਾ ਹੈ, ਡੈਡ ਲੋਡ ਕਿੰਨਾ ਆਉਣਾ ਹੈ, ਅਰਥਕੁਏਕ ਦਾ ਲੋਡ ਕਿੰਨਾ ਆਉਣਾ ਹੈ, ਵਿੰਡ ਲੋਡ ਕਿੰਨਾ, ਸਾਰੀਆਂ ਚੀਜ਼ਾਂ ਕੈਲਕੂਲੇਟਿਡ ਨੇ। ਠੀਕ ਹੈ ਸਰ। ਹਾਂਜੀ, ਅਤੇ ਸਰ ਜੇ ਗੱਲ ਕਰੀਏ ਅੰਦਰ ਤਾਂ ਸਟੀਲ ਦਾ ਜਿਵੇਂ ਫਰੇਮ ਆ ਗਿਆ, ਹਾਂਜੀ, ਇਹਨੂੰ ਜਦੋਂ ਆਪਾਂ ਖੜਕਾ ਕੇ ਵੀ ਦੇਖਦੇ ਹਾਂ, ਹਾਂਜੀ, ਇਹਦੇ ਵਿੱਚ ਹੋਰ ਕੀ ਮਟੀਰੀਅਲ ਆ ਜਾਂਦਾ? ਸਰ, ਇਹ ਬਾਹਰ ਦੀ ਤਰਫ ਤੋਂ ਡਬਲ ਲੇਅਰ ਸੀਮੈਂਟ ਬੋਰਡ ਲੱਗਾ ਹੋਇਆ। ਠੀਕ ਹੈ ਜੀ। ਠੀਕ ਹੈ। ਔਰ ਉਹਦੇ ਵਿੱਚ ਇੱਕ ਹਾਊਸ ਰੈਪ ਵੀ ਲੱਗਾ ਹੋਇਆ ਜੋ ਕਿ ਸਾਡੀ ਬਿਲਡਿੰਗ ਨੂੰ ਕਦੀ ਵੀ ਮੋਇਸਚਰ ਨਹੀਂ ਆਊਗਾ। ਠੀਕ ਹੈ ਜੀ। ਔਰ ਇਹਦੇ ਵਿੱਚ ਜੋ ਕੈਵਿਟੀ ਹੈਗੀ ਹੈ ਉਹਦੇ ਵਿੱਚ ਇਨਸੂਲੇਸ਼ਨ ਭਰੀ ਹੈ ਜੋ ਇਹਨਾਂ ਨੂੰ ਸਰਦੀਆਂ 'ਚ ਗਰਮ ਰੱਖਦੀ ਹੈ ਔਰ ਠੀਕ ਹੈ ਜੀ ਗਰਮੀਆਂ 'ਚ ਠੰਡਾ ਰੱਖਦੀ ਹੈ ਜੀ। ਹਾਂਜੀ। ਅਤੇ ਇੱਕ ਸਰ ਜਿਵੇਂ ਹੁਣ ਇੱਥੇ ਆਪਣਾ ਬਲੌਕਸ ਦੀ ਤਰ੍ਹਾਂ ਬਣਾਇਆ ਹੋਇਆ, ਹਾਂਜੀ, ਇਹਨੂੰ ਆਪਾਂ ਚੇਂਜ ਵੀ ਕਰ ਸਕਦੇ? ਚੇਂਜ ਕਰ ਸਕਦੇ, ਸਾਡੀ ਆਪਣੀ ਚੋਇਸ ਹੈ। ਅਸੀਂ ਆਪਣੇ ਆਪ 4x2 ਦਾ ਪੈਟਰਨ ਬਣਾਇਆ ਹੋਇਆ, ਇਹਨੂੰ ਅਸੀਂ ਬਿਲਕੁਲ ਕਨਵਰਟ ਕਰ ਸਕਦੇ ਹਾਂ। ਸਾਡੇ ਕੋਲ 2-3 ਆਈਟਮਸ ਹੋਰ ਵੀ ਹੈਗੀਆਂ ਨੇ ਐਕਸਟੀਰੀਅਰ ਲੱਗਣ ਲਈ,
ਉਹ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਐਂਡ 'ਚ। ਜਿਵੇਂ ਟਾਇਲਸ ਵਗੈਰਾ ਲਾਉਣੀ ਹੋਵੇ, ਕੋਈ ਪ੍ਰੋਬਲਮ, ਹੋਰ ਮਟੀਰੀਅਲ ਲਾਉਣਾ ਹੋਵੇ ਉਹ ਵੀ ਲੱਗ ਜੂਗਾ। ਠੀਕ ਹੈ ਜੀ, ਮਤਲਬ ਜੋ ਆਪਣਾ ਕਹਿੰਦਾ ਬੇਸ ਹੈ ਉਹ ਆਪਣਾ ਪ੍ਰੋਡਕਟ ਹੈ ਜੋ ਹੈਗਾ, ਉਸ ਤੋਂ ਬਿਨਾਂ ਆਪਾਂ ਇਹਦੇ ਜੋ ਮਰਜ਼ੀ ਕਰਾ ਲਈਏ, ਚਾਹੇ ਕਲਰ ਕਰਾਈਏ, ਚਾਹੇ ਟਾਇਲ ਲਵਾਈਏ, ਉਹ ਸਾਰੀਆਂ ਆਪਸ਼ਨ ਅਵੇਲੇਬਲ, ਸਾਰੀਆਂ ਆਪਸ਼ਨ ਅਵੇਲੇਬਲ ਹੈ। ਠੀਕ ਹੈ ਜੀ, ਮਤਲਬ ਅਸੀਂ ਇਹ ਕਹਿ ਸਕਦੇ ਹਾਂ ਜੋ ਕਨਵੈਨਸ਼ਨਲ ਕੰਸਟਰਕਸ਼ਨ 'ਚ ਕੰਮ ਹੁੰਦਾ ਹੈ, ਸਾਡੇ ਕੋਲ ਇੱਦਾਂ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਅਸੀਂ ਇਸ ਕੰਸਟਰਕਸ਼ਨ 'ਚ ਨਹੀਂ ਕਰ ਸਕਦੇ, ਜੋ ਤੁਸੀਂ ਉਸ 'ਚ ਕਰ ਸਕਦੇ ਹੋ ਉਹ ਇਸ 'ਚ ਵੀ ਹੋ ਜਾਂਦਾ ਹੈ। ਠੀਕ ਹੈ ਜੀ, ਹਾਂਜੀ। ਅੱਜ ਦੋਸਤੋ ਇੱਕ ਵਾਰ ਨਾ ਅੰਦਰ ਚੱਲਦੇ ਹਾਂ, ਵਿੰਡੋ ਅਤੇ ਡੋਰ ਸਰ UPVC ਦਾ ਕੰਮ ਹੈ, UPVC ਦਾ, ਹਾਂਜੀ, ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ, UPVC ਦਾ ਪਲਾਂਟ ਸਾਡਾ ਆਪਣਾ ਹੈਗਾ, ਇਹ ਵੀ ਸਾਰਾ ਸਟਰਕਚਰ ਦੇ ਵਿੱਚ ਇਕੱਠੇ ਹੀ ਆ ਜਾਂਦਾ। ਹਾਂਜੀ ਹਾਂਜੀ, ਇਕੱਠੇ ਹੀ, ਠੀਕ ਹੈ ਜੀ, ਹਾਂਜੀ। ਤੇ ਇੱਕ ਸਰ ਜੇ ਗੱਲ ਕਰੀਏ, ਹੁਣ ਆਪਾਂ ਗਰਾਊਂਡ ਫਲੋਰ ਤੇ ਖੜੇ ਆ, ਹਾਂਜੀ, ਕਈ ਵਾਰ ਹੁਣ ਮਨ ਚ ਹੁੰਦਾ ਵੀ ਯਾਰ ਡਬਲ ਸਟੋਰੀ ਬਣਾਉਣਾ, ਤਾਂ ਉਹ ਵੀ ਆਪਾਂ ਇਹਦੇ ਤਰੀਕੇ ਨਾਲ ਬਣਾ ਸਕਦੇ? ਹਾਂਜੀ ਹਾਂਜੀ, ਬਿਲਕੁਲ ਡਬਲ ਸਟੋਰੀ ਬਣਾ ਸਕਦੇ ਹਾਂ, ਟ੍ਰਿਪਲ ਬਣਾ, ਸਾਡੇ ਕੋਈ ਲਿਮਿਟੇਸ਼ਨ ਨਹੀਂ, ਜਿੰਨੀਆਂ ਮਰਜ਼ੀ ਮੰਜ਼ਿਲਾਂ ਬਣਾ ਲਓ। ਅੱਛਾ ਜੀ, ਮਤਲਬ ਉਸ 'ਚ ਕੀ ਹੁੰਦਾ ਕਿ ਸਾਡਾ ਜੋ ਲੋਡ ਬੇਰਿੰਗ ਸਟਰਕਚਰ ਹੈ ਉਹ ਬਦਲਦਾ ਰਹਿੰਦਾ, ਦੋ ਮੰਜ਼ਿਲਾਂ ਤੱਕ ਸਾਡਾ ਲਾਈਟ ਗੇਜ ਸਟੀਲ ਆ ਜਾਊਗਾ, ਦੋ ਮੰਜ਼ਿਲਾਂ ਤੋਂ ਜਦੋਂ ਜ਼ਿਆਦਾ ਅਸੀਂ ਬਣਾਉਣਾ ਹੈਗਾ ਫਿਰ ਸਾਡੇ ਹੋਟ ਰੋਲਡ ਸੈਕਸ਼ਨ ਆਉਂਦੇ ਨੇ, ਜਿੱਦਾਂ ਆਈ ਸੈਕਸ਼ਨ ਹੋ ਗਏ, ਐਚ ਸੈਕਸ਼ਨ ਹੋ ਗਏ, ਜਿਹਨਾਂ ਨੂੰ ਅਸੀਂ ਗਾਰਡਰ ਕਹਿੰਦੇ ਹਾਂ। ਠੀਕ ਹੈ, ਤੇ ਉਹ PEB ਬਿਲਡਿੰਗ ਹਾਈਬ੍ਰਿਡ ਬਿਲਡਿੰਗ ਬਣ ਜਾਂਦੀ ਹੈ ਜਦੋਂ ਦੋ ਮੰਜ਼ਿਲਾਂ ਤੋਂ ਜ਼ਿਆਦਾ ਅਸੀਂ ਬਣਾਉਣਾ ਹੋਵੇ। ਠੀਕ ਹੈ, ਮਤਲਬ ਲਿਮਿਟੇਸ਼ਨ ਕੋਈ ਨਹੀਂ, ਅਸੀਂ ਦੋ ਬਣਾਓ, ਚਾਰ ਬਣਾਓ, 6 ਬਣਾਓ, ਜਿੰਨੀਆਂ ਮਰਜ਼ੀ ਮੰਜ਼ਿਲ ਬਣਾਓ, ਕੋਈ ਪ੍ਰੋਬਲਮ ਨਹੀਂ ਜੀ। ਤੇ ਇੱਕ ਚੀਜ਼ ਇੱਥੇ ਹੋਰ ਖਾਸ ਹੁੰਦੀ ਹੈ ਜੀ, ਜਿਵੇਂ ਮੈਂ ਇਹਦੇ ਬਾਰੇ ਪੜ੍ਹਿਆ ਜਦੋਂ ਮੈਨੂੰ ਸਰ ਹੋਰ ਇਹਨੇ ਡਿਟੇਲ ਭੇਜੀ ਸੀ, ਹਾਂਜੀ, ਇਹ ਬਾਹਰ ਬਹੁਤ ਯੂਜ ਹੁੰਦਾ ਤੇ ਪਹਾੜਾਂ 'ਚ ਬਹੁਤ ਯੂਜ ਹੁੰਦਾ। ਹਾਂਜੀ ਹਾਂਜੀ ਹਾਂਜੀ, ਮਤਲਬ ਬਾਹਰ ਇਸ ਕਰਕੇ ਉੱਥੇ ਤਾਂ ਜਿੱਦਾਂ ਪਹਿਲੇ ਨਾ ਵੁੱਡ ਦੇ ਫਰੇਮ, ਵੁੱਡ ਸਟਰਕਚਰ ਬਹੁਤ ਜ਼ਿਆਦਾ ਯੂਜ਼ ਹੁੰਦੇ ਨੇ। ਠੀਕ ਹੈ ਜੀ, ਹਾਂਜੀ ਹਾਂਜੀ, ਅਤੇ ਪਹਾੜਾਂ 'ਚ ਇਸ ਕਰਕੇ ਕਿ ਹੁਣ ਜਿੱਦਾਂ ਜੋ ਹਿਮਾਚਲ ਤੁਹਾਨੂੰ ਪਤਾ ਹੀ ਹੈ ਪਿੱਛੇ ਜਿਵੇਂ ਜੋ ਡਿਜ਼ਾਸਟਰ ਹੋਇਆ, ਅਤੇ ਬਿਲਡਿੰਗ ਹਲਕੀ ਹੋਣ ਕਰਕੇ ਰਿਐਕਸ਼ਨਸ ਘੱਟ ਹੋਣਗੇ, ਲੋਡ ਘੱਟ ਹੋਊਗਾ ਅਤੇ ਜ਼ਮੀਨ 'ਤੇ ਵਜ਼ਨ ਘੱਟ ਆਊਗਾ। ਬਿਲਕੁਲ, ਹਾਂਜੀ ਹਾਂਜੀ, ਇਸ ਕਰਕੇ ਇਹ ਬਿਲਡਿੰਗ ਜ਼ਿਆਦਾ ਸਕਸੈਸਫੁਲ ਹੈਗੇ ਨੇ ਹਿਲਸ 'ਚ ਵੀ, ਔਰ ਪੰਜਾਬ 'ਚ ਇੱਦਾਂ ਕਿ ਇੱਥੇ ਤੁਹਾਨੂੰ ਵੈਦਰ ਇਨਸੂਲੇਸ਼ਨ ਬਹੁਤ ਅੱਛਾ ਮਿਲੂਗਾ। ਬਿਲਕੁਲ, ਹੁਣ ਜਿੱਦਾਂ ਗਰਮੀਆਂ 'ਚ ਸਾਡਾ ਜੋ ਬਣਾਇਆ ਹੋਇਆ ਘਰ ਹੈ ਇਹ 7 ਤੋਂ 8 ਡਿਗਰੀ 9 ਡਿਗਰੀ ਤੱਕ ਦਾ ਵੇਰੀਏਸ਼ਨ ਦੇ ਦਿੰਦਾ ਹੈ, ਅਗਰ ਸਾਨੂੰ ਜ਼ਿਆਦਾ ਵੇਰੀਏਸ਼ਨ ਚਾਹੀਦਾ ਹੈਗਾ ਅਸੀਂ ਵਾਲ ਇਨਸੂਲੇਸ਼ਨ ਨੂੰ ਹੈਵੀ ਕਰ ਸਕਦੇ ਹਾਂ, ਇਸ ਤੋਂ ਵੀ ਜ਼ਿਆਦਾ ਹੈਵੀ ਕਰ ਸਕਦੇ ਹਾਂ, ਗਲਾਸ ਅਸੀਂ ਸਾਰਾ ਇਨਸੂਲੇਟਡ ਲਾ ਸਕਦੇ ਹਾਂ ਵਿੰਡੋਜ਼, ਅਤੇ ਕਾਫੀ ਜ਼ਿਆਦਾ ਇਫੈਕਟਿਵ ਰਹੂਗਾ ਉਹਗਾ। ਜਿਵੇਂ ਇਸ ਵਾਰ ਠੰਡ ਬਹੁਤ ਰਹੀ ਹੈ ਨਾ, ਹਾਂਜੀ, ਜਿਵੇਂ ਪੰਜਾਬ 'ਚ ਹਰ ਘਰ 'ਚ ਹੀਟਰ ਆ ਗਿਆ, ਪਰ ਜੇ ਇਸ ਤਰੀਕੇ ਨਾਲ ਘਰ ਬਣਿਆ ਹੋਊਗਾ ਤਾਂ ਉਹ ਓਨੀ ਕੁ ਆਪਾਂ ਬਚਤ ਕਰ ਸਕਦੇ? ਬਿਲਕੁਲ ਕਰ ਸਕਦੇ ਹਾਂ, ਸਾਡੀ ਜਿਹੜੀ ਮਤਲਬ ਦੀਵਾਰਾਂ 'ਚੋਂ ਨਾ ਹੀਟ ਲਾਸ ਬਹੁਤ ਘੱਟ ਹੁੰਦਾ। ਠੀਕ ਹੈ ਜੀ, ਹਾਂਜੀ ਹਾਂਜੀ, ਅਤੇ ਸਰ ਇਹਦਾ ਜਿਹੜਾ ਇੰਟੀਰੀਅਰ ਐਕਸਟੀਰੀਅਰ ਆਰਕੀਟੈਕਚਰ ਡਿਜ਼ਾਇਨ ਆ ਜਾਂਦਾ, ਹਾਂਜੀ, ਉਹ ਵੀ ਫਿਰ ਤੁਹਾਡੀ ਫਰਮ ਕਰਕੇ ਦਿੰਦੀ ਹੈ? ਜਿਵੇਂ ਹੁਣ ਮੈਂ ਇਹ 'ਚ ਦੇਖ ਰਿਹਾ, ਹਾਂਜੀ, ਇੱਕ ਰੂਮ ਆ ਗਿਆ ਜੀ, ਦੋ ਰੂਮ ਆ ਗਏ, ਹਾਂਜੀ, ਅਤੇ 3 ਰੂਮ ਅਤੇ ਵਾਸ਼ਰੂਮ ਅਤੇ ਕਿਚਨ ਆ ਗਈ, ਹਾਂਜੀ, ਅਤੇ ਇਹ ਸਾਰਾ ਤੁਸੀਂ ਕਰਕੇ ਦਿੱਤਾ? ਅਸੀਂ, ਹਾਂਜੀ, ਇਹ ਸਾਰੀਆਂ ਚੀਜ਼ਾਂ ਅਸੀਂ ਪਲਾਨ ਕੀਤੀਆਂ ਨੇ, ਪਰ ਅਸੀਂ ਰਿਸਟ੍ਰਿਕਟਿਡ ਨਹੀਂ ਰੱਖਦੇ ਹਾਂ ਕਿਸੇ ਵੀ ਕਸਟਮਰ ਨੂੰ, ਕੋਈ ਵੀ ਕਸਟਮਰ ਕੋਲ ਆਪਣਾ ਆਰਕੀਟੈਕਟ ਹੈਗਾ ਉਹ ਸਾਨੂੰ ਡਰਾਇੰਗ ਦੇ ਦੇ, ਅਸੀਂ ਉਹਦੇ ਅਕੋਰਡਿੰਗਲੀ ਵੀ ਬਣਾ ਦਾਂਗੇ, ਅਗਰ ਉਹ ਚਾਹੁੰਦਾ ਕਿ ਅਸੀਂ ਸਾਰੀਆਂ ਚੀਜ਼ਾਂ ਕਰਨ ਤਾਂ ਅਸੀਂ ਵੀ ਕਰਦੇ ਹਾਂ ਸਾਰੀਆਂ ਚੀਜ਼ਾਂ। ਇੱਕ ਚੀਜ਼ ਇੱਥੇ ਨਾ ਮੈਨੂੰ ਹੋਰ ਦਿਮਾਗ 'ਚ ਆ ਰਹੀ ਹੈਗੀ, ਅੱਜ ਨਾਲ ਆਪਾਂ ਦਿਖਾ ਦਈਏ, ਹਾਂਜੀ ਹਾਂਜੀ, ਬਣਿਆ ਬਹੁਤ ਸੋਹਣਾ ਹੋਇਆ ਦੋਸਤੋ, ਤੁਸੀਂ ਦੇਖੋ, ਜਿਵੇਂ ਨਾ ਮਤਲਬ ਵੀ ਪ੍ਰੋਪਰ ਆਪਾਂ ਇੱਕ ਟਾਇਲ ਲੱਗੀ ਆ, ਜਿਵੇਂ ਰੰਗ ਕੀਤਾ ਹੀ ਨਹੀਂ ਸਫਾਈ 'ਚ, ਹਾਂਜੀ, ਨਹੀਂ ਸ਼ੋਰਾ ਸਲਾਹ ਇੱਥੋਂ ਨਿਕਲੀ ਪਿਆ ਹੁੰਦਾ ਕਿਤੋਂ ਨਾ ਕਿਤੇ, ਪਰ ਉਹ ਦੇਖਣ ਨੂੰ ਨਹੀਂ ਮਿਲਦਾ। ਹਾਂਜੀ ਹਾਂਜੀ, ਇੱਕ ਚੀਜ਼ ਹੋਰ ਖਾਸ ਹੈ ਜੀ, ਜਿਵੇਂ ਹੁਣ ਇਹ ਸਟਰਕਚਰ ਜਿਹੜਾ ਬਣਿਆ, ਹਾਂਜੀ, ਕੱਲ ਨੂੰ 10 ਸਾਲਾਂ ਨੂੰ 20 ਸਾਲਾਂ ਨੂੰ ਬੰਦਾ ਇਹਨੂੰ ਤੋੜਨਾ ਚਾਹੇ, ਹਾਂਜੀ, ਤਾਂ ਇਹ ਰੀਯੂਜ਼ੇਬਲ ਵੀ ਹੈਗਾ 100%, ਜੋ ਸਾਡਾ ਸਟਰਕਚਰ ਹੈਗਾ ਨਾ ਉਸ 0% ਵੇਸਟੇਜ ਹੈ, ਮਤਲਬ ਜੋ ਸਾਡਾ ਅਸੀਂ, ਤੁਸੀਂ 10 ਸਾਲ, ਤੁਸੀਂ 50 ਸਾਲ ਬਾਅਦ ਵੀ ਤੁਸੀਂ ਇਹ ਸਟਰਕਚਰ ਕੱਢੂਗੇ ਨਾ ਜੀ, 100% ਯੂਟੀਲਾਈਜੇਸ਼ਨ ਹੈ ਸਾਡੀ, ਜੋ ਵੇਸਟੇਜ ਆਏਗੀ ਉਸ, ਜਿੱਦਾਂ ਹੁਣ ਆਹ ਬੋਰਡ ਲੱਗਾ ਤੁਸੀਂ ਦੇਖੋ, ਇਸ ਪਲਾਸਟਰ ਬੋਰਡ ਲੱਗਾ ਹੈ, ਜਿਪਸਮ ਬੋਰਡ ਲੱਗਾ ਹੋਇਆ ਜੀ, ਇਹਨਾਂ ਬੋਰਡ 'ਚ ਸਾਡੇ ਕੋਲ 10 ਤੋਂ 20% ਦੀ ਵੇਸਟੇਜ ਹੈ, ਬਾਕੀ 100% ਆਫ ਦਾ ਮਟੀਰੀਅਲ ਵਿਲ ਬੀ ਯੂਟੀਲਾਈਜ਼ਡ। ਕਿਆ ਬਾਤ ਹੈ, ਹਾਂਜੀ, ਅਤੇ ਲਓ ਵੀ ਦੋਸਤ, ਇਸ ਤੋਂ ਵਧੀਆ ਕੋਈ ਇਨਵਾਇਰਮੈਂਟਲ ਫਰੈਂਡਲੀ ਹੈ, ਟਾਈਮ ਤੁਹਾਡਾ ਲੱਗਦਾ ਨਹੀਂ, ਕੋਸਟ ਬਚ ਜਾਂਦੀ ਆ। ਹੁਣ ਆਪਾਂ ਮੇਨ ਗੱਲ ਕਰੀਏ ਜੀ ਕੋਸਟ 'ਤੇ, ਕੋਸਟ ਦੇ ਵਿੱਚ ਆਪਾਂ ਇਕੱਲਾ ਬਿਲਡਿੰਗ ਦੀ ਸਟਰਕਚਰ ਖੜਾ ਕਰਕੇ ਦਿੰਦੇ ਹਾਂ, ਜਾਂ ਜਿਵੇਂ ਇਸ ਘਰ ਦੇ ਵਿੱਚ ਮੈਂ ਦੇਖ ਰਿਹਾ ਟਾਇਲਸ ਵੀ ਲੱਗੀਆਂ ਹੋਈਆਂ ਨੇ, ਵਾਸ਼ਰੂਮ ਵੀ ਪੂਰਾ ਤਿਆਰ ਆ ਗਿਆ ਜੀ,
ਤੇ ਕਿਚਨ ਦਾ ਵੀ ਥੋੜਾ ਮੋਟਾ ਕੰਮ ਜੇ ਕਹਿੰਦੀ ਸਟਾਰਟਿੰਗ ਚ, ਹਾਂਜੀ, ਤੇ ਜੋ ਦਰਵਾਜ਼ੇ ਵਗੈਰਾ ਵੀ ਪੋਲਿਸ਼ ਹੋਏ ਹੋਏ, ਹਾਂਜੀ, ਇਹ ਸਾਰਾ ਕਰਕੇ ਦਿੰਦੇ ਹਾਂ ਕੱਲੀ ਬਿਲਡਿੰਗ ਤੱਕ ਦੀ ਆਪਣਾ ਹੁੰਦਾ ਸਰ? ਅਸੀਂ ਦੋਨੋਂ ਤਰੀਕੇ ਨਾਲ ਕੰਮ ਕਰਦੇ ਹਾਂ। ਜੇ ਕਿਸੇ ਨੇ ਸਾਡੇ ਕੋਲ ਸਟਰਕਚਰ ਲੈਣਾ, ਸਟਰਕਚਰ 'ਚ ਅਸੀਂ ਸਿਰਫ ਦੀਵਾਰਾਂ, ਜੋ ਸਾਡੇ ਬੋਰਡਸ ਲੱਗਦੇ ਨੇ, ਇੰਸੂਲੇਸ਼ਨ, ਰੂਫ ਇੰਸੂਲੇਸ਼ਨ, ਇਹ ਆ ਗਿਆ ਸਟਰਕਚਰ ਦੀ ਆਈਟਮ, ਠੀਕ ਹੈ, ਇਹ ਵੀ ਡਿਲੀਵਰ ਕਰਦੇ ਹਾਂ। ਅਗਰ ਕਿਸੇ ਨੂੰ ਟਰਨ ਕੀ ਚਾਹੀਦਾ, ਉਸ ਤੁਹਾਡੇ ਕੋਲ ਮਾਡੂਲਰ ਕਿਚਨ ਚਾਹੀਦਾ, ਵਾਰਡਰੋਬ ਚਾਹੀਦੀਆਂ ਨੇ, ਬਾਥਰੂਮ ਫਿਨਿਸ਼ ਚਾਹੀਦਾ ਗਾ, ਉਸ ਤਰੀਕੇ ਨਾਲ ਵੀ ਅਸੀਂ ਡਿਲੀਵਰ ਕਰਦੇ ਹਾਂ। ਅਸੀਂ ਮਤਲਬ ਫਲੈਕਸੀਬਿਲਿਟੀ ਰੱਖੀ ਹੋਈ ਹੈ, ਠੀਕ ਹੈ, ਕਿ ਕਸਟਮਰ ਬਾਉਂਡ ਨਹੀਂ ਹੈ ਸਾਡੇ ਕੋਲ, ਉਹ ਬਿਲਕੁਲ। ਅਤੇ ਸਰ ਕੋਸਟ ਦਾ ਦੱਸ ਦਿਓ ਹੁਣ, ਕੋਸਟ, ਹਾਂਜੀ, ਕਸਟਮਰ ਕਹਿ ਦਿੰਦੇ ਨਾ, ਹਾਂਜੀ ਹਾਂਜੀ, ਬੈਨੀਫਿਟ ਬਹੁਤ ਗਿਣਾਤੇ, ਪਰ ਸਾਨੂੰ ਇਹ ਵੀ ਦੱਸੋ ਵੀ ਦੂਜੇ ਨਾਲੋਂ ਸਸਤਾ ਪੈਂਦਾ ਮਹਿੰਗਾ ਪੈਂਦਾ? ਨਹੀਂ, ਦੂਜੇ ਦੇ ਦੇਖੋ ਨਾ ਜੀ, ਜਿੱਦਾਂ ਹੁਣ ਕਾਫੀ ਪ੍ਰੀਮੀਅਮ ਟੈਕਨੋਲੋਜੀ ਹੈ, ਅਸੀਂ ਜਦੋਂ ਇਹਦਾ ਕੰਪੈਰੀਜ਼ਨ RCC ਨਾਲ ਕਰਦੇ ਨਹੀਂ ਹੈਗੇ, ਕਿਉਂਕਿ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ। ਜਿੱਦਾਂ ਸਾਡੀ ਜਿਹੜੀ ਬਿਲਡਿੰਗ ਹੈ 100% ਅਰਥਕੁਇਕ ਰੈਜ਼ਿਸਟੈਂਟ ਹੈ, ਬਿਲਕੁਲ, ਹੈ ਨਾ ਜੀ, ਸਾਰਾ ਸਕਰੂ ਬੇਸਡ ਸਿਸਟਮ ਹੈ, ਕਿਤੇ ਵੀ ਇੱਦਾਂ ਨਹੀਂ ਕੋਈ ਵੈਲਡਿੰਗ ਵੁਲਡਿੰਗ ਕੁਛ ਨਹੀਂ ਹੋਇਆ, ਸਕਰੂ ਬੇਸਡ ਹੈ ਸਾਰਾ ਸਿਸਟਮ, 100% ਬਿਲਡਿੰਗ ਅਰਥਕੁਇਕ ਰੈਜ਼ਿਸਟੈਂਟ ਹੈ। ਜਿਹੜੀ ਕੋਸਟਿੰਗ ਹੈ ਸਾਡੀ, ਜਿਹੜੀ ਸਟਰਕਚਰ ਕੋਸਟ ਹੈ, ਸਿਰਫ ਜਿੱਦਾਂ ਦੀਵਾਰਾਂ ਕੰਪਲੀਟ, ਛੱਤ ਕੰਪਲੀਟ ਕਰਕੇ, ਉਹ ਸ਼ੁਰੂ ਹੋ ਜਾਂਦੀ ਹੈ 900 ਰੁਪਏ ਤੋਂ, ਜੋ 1200-1300 ਰੁਪਏ ਤੱਕ ਵੇਰੀ ਕਰਦੀ ਰਹਿੰਦੀ ਹੈ, ਡਿਪੈਂਡ ਅਪੋਨ ਸਾਡੀ ਲੋਕੇਸ਼ਨ ਕੀ ਹੈਗੀ ਹੈ, ਸਾਡਾ ਲੇਆਊਟ ਕੀ ਹੈਗਾ, ਉਹਨਾਂ ਚੀਜ਼ਾਂ ਦੇ ਹਿਸਾਬ ਨਾਲ ਵੇਰੀ ਕਰਦਾ ਰਹਿੰਦਾ। ਔਰ ਜੋ ਫਿਨਿਸ਼ਡ ਕੋਸਟ ਹੈ, ਫਿਨਿਸ਼ਡ ਕੋਸਟ ਤੁਸੀਂ ਮੰਨੋ ਕਿ 1800-1900 ਰੁਪਏ ਪਰ ਸਕੁਅਰ ਫਿੱਟ ਤੋਂ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਹਾਂਜੀ, ਉਹ ਅਪਰ ਐਂਡ ਕੋਈ ਹੈ ਨਹੀਂ। ਜਿੱਦਾਂ ਹੁਣ ਇੱਥੇ 2-4 ਦੀ ਟਾਇਲ ਲੱਗੀ ਹੋਈ ਹੈ, ਕੋਈ ਕਹਿੰਦਾ ਜੀ ਮੈਂ 32-64 ਲਾਉਣਾ ਹੈ, ਕੋਈ ਇਸ ਤੋਂ ਵੱਡੀ ਟਾਇਲ ਲੈਣੀ ਹੈ, ਉਹ ਤਾਂ ਕਸਟਮਾਈਜੇਸ਼ਨ ਹੈ। ਹੁਣ ਇਕੱਲੀ ਇਕੱਲੀ ਕਿਚਨ ਹੈ, ਹੁਣ ਸਾਡੇ ਜਿਹੜੇ ਕਸਟਮਰ ਸੀਗੇ ਉਹ ਕਹਿੰਦੇ ਕਿ ਮੈਨੂੰ ਮੋਡੂਲਰ ਕਿਚਨ ਬਣਾਉਣਾ ਹੈ ਬਹੁਤ ਪ੍ਰੀਮੀਅਮ, ਤੁਸੀਂ ਮੈਨੂੰ ਹਲਕਾ ਹਲਕਾ ਜਿਹਾ ਢਾਂਚਾ ਦੇ ਦਿਓ, ਤੇ ਅਸੀਂ ਉੱਪਰ ਗ੍ਰੇਨਾਈਟ ਸਿੰਕ ਸੁੰਗ ਲਾ ਕੇ ਉਹਨਾਂ ਨੂੰ ਦੇਤਾ, ਜਾਂ ਆਪਣੀ ਮਰਜ਼ੀ ਨਾਲ ਉਹ ਜੋ ਉਹਨਾਂ ਦੀ ਚੱਲਦਾ ਕੰਮ ਕਰਤਾ, ਹਾਂਜੀ ਹਾਂਜੀ, ਉਹ ਜਿੱਦਾਂ ਮਰਜ਼ੀ ਕਰਾਣਗੇ ਆਪਣੀ ਚੁਆਇਸ ਦੇ ਨਾਲ ਜੀ, ਹਾਂਜੀ। ਤੇ ਸਰ ਬੈਨੀਫਿਟ ਵੀ ਆਪਾਂ ਸਾਰੇ ਦੱਸਤੇ, ਕੋਸਟ ਵੀ ਦੱਸਤੀ, ਟਾਈਮਿੰਗ ਵੀ ਦੱਸਤੀ, ਹਾਂਜੀ, ਕੋਈ ਅਜਿਹਾ ਪੁਆਇੰਟ ਜਿਹੜਾ ਕਿ ਕਸਟਮਰ ਦੇ ਅਕੋਰਡਿੰਗ, ਮਤਲਬ ਆਪਾਂ ਘਰ ਤਿਆਰ ਕਰਕੇ ਦੇਤਾ, ਹਾਂਜੀ, ਉਹਨੇ ਲੰਮੇ ਸਮੇਂ 'ਚ ਵੀ ਆਹ ਚੀਜ਼ ਜ਼ਰੂਰ ਕਰਦਾ ਰਹੇ ਵੀ ਜੀ ਇਹਨੂੰ ਹੋਰ ਵੀ ਦੀ ਲਾਈਫ ਵਧਾਉਣੀ ਹੈ, ਕੋਈ ਕਿਸ ਤਰ੍ਹਾਂ ਦਾ ਕੋਈ ਉਹਨੂੰ ਸੁਝਾਅ ਹੋਵੇ? ਸਰ ਇੱਦਾਂ ਦੀ ਕੋਈ ਚੀਜ਼ ਨਹੀਂ, ਮਤਲਬ ਜਰਨਲ ਮੇਨਟੇਨੈਂਸ ਇੱਦਾਂ ਹੋ ਗਿਆ, 10 ਸਾਲ ਬਾਅਦ ਇੱਕ ਅੱਧਾ ਸਵਿੱਚ ਕਦੀ ਖਰਾਬ ਹੋ ਗਿਆ ਤਾਂ ਹੋ ਗਿਆ, ਅਦਰਵਾਈਜ਼ ਸਟਰਕਚਰ ਦੀ ਸਟੇਬਿਲਿਟੀ 'ਚ ਕੋਈ ਪ੍ਰੋਬਲਮ ਨਹੀਂ ਹੈ, ਇਹ ਲੌਂਗ ਲਾਈਫ ਹੈ, ਪਰਮਾਨੈਂਟ ਸਟਰਕਚਰਸ ਨੇ, ਇੱਦਾਂ ਨਹੀਂ ਬੋਲ ਸਕਦੇ ਇਹਨੂੰ ਟੈਂਪਰੀ, ਦੇ ਆਰ ਪਰਮਾਨੈਂਟ ਸਟਰਕਚਰ ਐਂਡ ਲਾਈਫ ਲੌਂਗ। ਇੱਕ ਇੱਥੋਂ ਹੀ ਗੱਲ ਨਿਕਲੀ ਹੈ, ਕਿਚਨ ਵਾਲੀ ਯਾਦ ਆਈ ਆ, ਹਾਂਜੀ, ਅੱਗ ਵਗੈਰਾ ਦਾ ਕੋਈ ਖਤਰਾ, ਪਾਣੀ ਦਾ ਕੋਈ ਖਤਰਾ? ਸਰ ਮੈਂ ਦੇਖਾਂ, ਜਿੱਦਾਂ ਬ੍ਰਿਕ ਵਰਕ ਹੈਗੀ ਸਾਡੀ, 9 ਇੰਚੀ ਦੀ ਚਣਾਈ ਹੈ, ਉਹਨਾਂ ਦੀ ਫਾਇਰ ਰੇਟਿੰਗ ਆਉਂਦੀ ਹੈ 30 ਮਿੰਟ ਦੀ, ਜੋ ਸਾਡੀ ਦੀਵਾਰ ਹੈ ਇਹਦੀ ਫਾਇਰ ਰੇਟਿੰਗ 2 ਆਵਰਸ ਹੈ। ਮਤਲਬ ਤੁਹਾਨੂੰ ਇਹਦਾ ਸ਼ਿਮਲੇ ਨਾ AG ਆਫਿਸ ਅੱਗ ਲੱਗੀ ਸੀਗੀ ਬਹੁਤ ਟਾਈਮ ਪਹਿਲੇ, ਉਸ ਤੋਂ ਬਾਅਦ ਜਦੋਂ ਨਵਾਂ AG ਆਫਿਸ ਬਣਿਆ ਹੈ ਤੇ ਉੱਥੇ ਸਿਰਫ ਇਹੀ ਟੈਕਨੋਲੋਜੀ ਪਾਸ ਹੋਈ ਹੈ, ਕਿਉਂਕਿ ਇਹ ਸਭ ਤੋਂ ਜ਼ਿਆਦਾ ਫਾਇਰ ਰੈਜ਼ਿਸਟੈਂਟ ਹੈ। ਜਿਹੜੇ ਸਾਡੇ ਜਿੰਨੇ ਵੀ ਬੋਰਡਸ ਲੱਗੇ ਨੇ ਉਹ ਸਾਰੇ ਫਾਇਰ ਰੇਟਿਡ ਨੇ, ਜਿਹਦਾ ਪੂਰਾ ਸਿਸਟਮ ਦਾ ਜਿਹੜਾ ਹੈਗਾ, ਜਿਹਦਾ ਪੂਰੀ ਦੀਵਾਰ ਦਾ ਜੋ ਸਿਸਟਮ ਹੈਗਾ, ਜਿਸ 'ਚ ਬੋਰਡ ਲੱਗੇ ਨੇ ਬਾਹਰੋਂ ਅੰਦਰੋਂ ਇੰਸੂਲੇਸ਼ਨ ਹੈ, ਉਹ ਸਿਸਟਮ ਦੀ ਰੇਟਿੰਗ 2 ਘੰਟੇ ਦੀ ਹੈਗੀ ਹੈ, ਠੀਕ ਹੈ ਜੀ, ਹਾਂਜੀ, ਆਮ ਜੇ ਆਪਾਂ ਸਟਰਕਚਰ ਦੇਖੀਏ 1.5 ਘੰਟਾ 35 ਮਿੰਟ, ਹਾਂਜੀ ਹਾਂਜੀ, ਇਹ 2 ਆਵਰਸ ਫਾਇਰ ਰੇਟਿੰਗ, ਠੀਕ ਹੈ ਜੀ। ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਦੱਸਾਂ ਜੀ, ਜੀ ਤੁਸੀਂ ਨੋਟਿਸ ਕੀਤਾ ਹੋਣਾ, ਤੁਸੀਂ ਘੁੰਮੇ ਘਰ ਦੇ ਅੰਦਰ ਅੰਦਰ, ਤੁਹਾਨੂੰ ਕਦੀ ਵੀ ਸਾਡੇ ਬਣਾਏ ਹੋਏ ਘਰ 'ਚ ਕਦੀ ਵੀ ਸ਼ੋਰਾ ਸਲਾਬ ਸਲੂਬ ਕਦੀ ਨਹੀਂ ਨਜ਼ਰ ਆਊਗਾ, ਔਰ ਲਾਈਫ ਟਾਈਮ ਦੀ ਗਰੰਟੀ ਹੈ ਜੀ। ਬਿਲਕੁਲ ਜੀ, ਜਦੋਂ ਹੋਰ ਕਿਤੇ ਵੀ ਜਾਂਦੇ ਕਿਸੇ ਵੀ ਸਟਰਕਚਰ 'ਚ ਘਰ ਬਣਿਆ ਹੁੰਦਾ, ਹਾਂਜੀ ਹਾਂਜੀ, ਇੱਥੇ ਸ਼ੋਰਾ ਸਲਾਬ ਜ਼ਰੂਰ ਦੇਖਣ ਨੂੰ ਮਿਲਦਾ, ਉਹਦੇ ਆਪਾਂ ਅਸੀਂ ਜ਼ਰੂਰ ਦੱਸ ਦਿੰਦੇ ਵੀ ਐਂ ਘੱਟ ਜੂ ਐਂ ਕਰ ਜੂ, ਪਰ ਇੱਥੇ ਤਾਂ ਬਿਲਕੁਲ ਹੈ ਹੀ ਨਹੀਂ ਹੈਗਾ, ਹੈ ਵੀ ਨਹੀਂ ਸਰ, ਔਰ ਇਹ ਆਉਣ ਵਾਲੇ 50-100 ਸਾਲ ਤੱਕ ਕਦੀ ਆਏਗਾ ਵੀ ਨਹੀਂ, ਇਹਦੀ ਗਰੰਟੀ ਦੇਵਾਂਗੇ ਅਸੀਂ, 100% ਦੀ ਗਰੰਟੀ ਹੈ ਇਹਦੀ, ਠੀਕ ਹੈ ਜੀ। ਸਰ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਹਾਂਜੀ, ਤੇ ਇੱਕ ਦਿਮਾਗ 'ਚ ਸਵਾਲ ਹੋਰ ਆ ਰਿਹਾ ਜੀ, ਜੀ ਜੀ, ਦਰਸ਼ਕ ਵੀ ਸੋਚਦੇ ਹੋਣਗੇ, ਹਾਂਜੀ ਹਾਂਜੀ ਹਾਂਜੀ,
ਵੀ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਖੜੇ ਹਾਂ, ਬਿਲਕੁਲ ਜੀ, ਇੱਥੇ ਜੋ ਕਲਾਇੰਟ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ, ਹਾਂਜੀ ਹਾਂਜੀ, ਉਹਨਾਂ ਨੇ ਕਿਵੇਂ ਤੁਹਾਨੂੰ ਮਦਦ ਲੱਭਿਆ? ਸਰ ਆਨਲਾਈਨ ਪ੍ਰੈਜੈਂਸ ਸੀਗੀ ਸਾਡੀ, ਅਤੇ ਉਹਨਾਂ ਨੇ ਗੂਗਲ ਦੇ ਮੈਡਮ ਜਿਹੜੇ ਐਕਚੁਲੀ US ਰਹਿੰਦੇ ਨੇ, ਅੱਛਾ, ਹਾਂਜੀ ਪਾਰਟੀ, ਹਾਂਜੀ ਹਾਂਜੀ, ਅਤੇ ਉਹ ਜ਼ਿਆਦਾ ਅਵੇਅਰ ਨਹੀਂ ਇਸ ਟੈਕਨੋਲੋਜੀ ਦੇ ਨਾਲ, ਮਤਲਬ ਉੱਥੇ ਜਿੱਦਾਂ ਫੋਰਨ 'ਚ ਤਾਂ ਇੱਦਾਂ ਦੇ ਘਰ ਬਣਦੇ ਹੀ ਹੈਗੇ ਨੇ, ਠੀਕ ਹੈ, ਅਤੇ ਉਹਨਾਂ ਨੂੰ ਅੰਡਰਸਟੈਂਡਿੰਗ ਲਈ ਜ਼ਿਆਦਾ ਟਾਈਮ ਨਹੀਂ ਲੱਗਿਆ, ਉਹ ਅਵੇਅਰ ਸੀਗੇ ਪਹਿਲੇ, ਅਤੇ ਉਹਨਾਂ ਨੇ ਬਾਹਰੋਂ ਹੀ ਸਾਨੂੰ ਆਰਡਰ ਫਾਈਨਲ ਕੀਤਾ, ਲੇਆਊਟ ਅਸੀਂ ਇੱਥੋਂ ਭੇਜੇ ਨੇ, ਉਹਨਾਂ ਨੇ ਫਾਈਨਲ ਕੀਤਾ, ਅਤੇ ਉਹਨਾਂ ਦੀ ਮੇਰੇ ਖਿਆਲ ਉਹ ਪਹੁੰਚੇ ਨੇ ਇੰਡੀਆ 10-12 ਜਨਵਰੀ ਨੂੰ ਆਏ ਸੀਗੇ, ਅਤੇ 28 ਫਰਵਰੀ ਨੂੰ ਉਹ ਚਲੇ ਗਏ ਸੀਗੇ, ਅਤੇ ਉਹਨਾਂ ਦੇ ਰਹਿੰਦੇ ਰਹਿੰਦੇ ਅਸੀਂ ਸਾਰਾ ਕੰਮ ਖਤਮ ਕਰਤਾ। ਮੇਰੇ ਕਹਿਣ ਦਾ ਮਤਲਬ ਆ ਹੈ ਕਿ ਫੋਰਨ 'ਚ ਇਹ ਟੈਕਨੋਲੋਜੀ ਬਹੁਤ ਪੁਰਾਣੀ ਹੈ, ਠੀਕ ਹੈ ਜੀ, ਠੀਕ ਹੈ, ਅਤੇ ਜੋ ਬੰਦੇ ਬਾਹਰ ਰਹਿੰਦੇ ਨੇ ਉਹ ਇਸ ਟੈਕਨੋਲੋਜੀ ਨੂੰ ਜਲਦੀ ਸਮਝਦੇ ਨੇ ਅਤੇ ਜਲਦੀ ਅਪਣਾਉਂਦੇ ਨੇ, ਠੀਕ ਹੈ ਜੀ, ਹਾਂਜੀ, ਅਤੇ ਲਓ ਵੀ ਦੋਸਤੋ ਹੁਣ ਤੁਸੀਂ ਵੀ ਅਪਣਾਉਣਾ, ਕਿਉਂਕਿ ਘੱਟ ਸਮਾਂ ਘੱਟ ਖਰਚਾ, ਅਤੇ ਇੱਕ ਉਹ ਚੀਜ਼ ਜਿਹੜੀ ਲੌਂਗ ਲਾਈਫ ਚੱਲਣੀ ਹੈ, ਨਾ ਸ਼ੋਰਾ ਸਲਾਬ ਦੀ ਟੈਨਸ਼ਨ ਹੈ, ਅਤੇ ਬਣਾਉਣ ਦੀ ਤੁਹਾਡੀ ਬਿਲਕੁਲ ਟੈਨਸ਼ਨ ਨਹੀਂ ਵੀ ਵਾਰ ਵਾਰ ਮਿਸਤਰੀ ਚੇਂਜ ਹੋਈ ਜਾਣਗੇ। ਅਤੇ ਇੱਧਰੇ ਅਟੈਚ ਵਾਸ਼ਰੂਮ ਆ ਗਏ ਜੀ, ਹਾਂਜੀ, ਇਹ ਅਟੈਚ ਵਾਸ਼ਰੂਮ ਹੈ, ਆਹ ਸਲਾਈਡਰ ਦਿੱਤਾ ਹੋਇਆ ਵਾਸ਼ਰੂਮ, UPVC ਦਾ ਦਿੱਤਾ ਹੈ, UPVC ਦਾ ਸਲਾਈਡਰ ਦਿੱਤਾ ਜੀ, ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆ। ਹੁਣ ਕਈ ਲੋਕਾਂ ਦੇ ਮਨ 'ਚ ਇੱਦਾਂ ਦਾ ਸਵਾਲ ਆ ਜਾਂਦਾ, ਯਾਰ ਇਹ ਬੋਰਡ ਦੇ ਨਾਲ ਘਰ ਬਣਿਆ ਹੋਇਆ ਜੀ, ਇੱਥੇ ਟਾਇਲ ਲੱਗ ਜੂਗੀ, ਤੁਹਾਡੇ ਸਾਹਮਣੇ ਟਾਇਲ ਲੱਗੀ ਹੋਈ ਹੈ, ਆਹ ਸੀਮੈਂਟ ਬੋਰਡ ਦੇ ਉੱਤੇ ਚਿਕਨ ਮੈਸ਼ ਲਗਾ ਕੇ ਟਾਇਲ ਦਾ ਕੈਮੀਕਲ ਯੂਜ਼ ਹੁੰਦਾ, ਉਹਦੇ ਨਾਲ ਟਾਇਲ ਫਿਕਸ ਹੁੰਦੀ ਹੈ, ਠੀਕ ਹੈ ਜੀ, ਹੈ ਨਾ। ਮਤਲਬ ਮੈਂ ਤੁਹਾਨੂੰ ਇਨੀਸ਼ੀਅਲ 'ਚ ਕਿਹਾ ਸੀਗਾ ਸਟਾਰਟਿੰਗ 'ਚ ਗੱਲ, ਕਿ ਜੋ ਕੰਮ ਕਨਵੈਨਸ਼ਨਲ ਕੰਸਟਰਕਸ਼ਨ 'ਚ ਹੁੰਦਾ, ਜੋ ਇੱਟ ਪੱਥਰ ਵਾਲੇ ਕੰਮ ਘਰਾਂ 'ਚ ਕੰਮ ਹੁੰਦਾ, ਉਹ ਸਾਰੇ ਕੰਮ ਇਸ ਘਰ 'ਚ ਵੀ ਹੁੰਦੇ। ਕਈ ਲੋਕ ਪੁੱਛਦੇ ਨੇ ਕਿ ਹਾਂ ਵੀ AC ਕਿਵੇਂ ਟੰਗਾਂਗੇ, ਇਹਦਾ ਬੋਰਡ ਦੀ ਦੀਵਾਰ ਹੈ, ਸਾਡੇ ਬੋਰਡ ਦੀ ਕਪੈਸਿਟੀ ਹੈ, ਅਗਰ ਇੱਕ ਪੇਜ ਲਾ ਦਈਏ ਨਾ ਜੀ, 40 ਕਿਲੋ ਲੋਡ ਕੈਰਿੰਗ ਕਪੈਸਿਟੀ ਹੈ ਇੱਕ ਸਕਰੂ ਇੱਕ ਪੇਜ ਦੀ, ਕੀ ਬਾਤ ਹੈ, ਤੇ ਮਤਲਬ ਇਦਾਂ ਦੀ ਸਾਡੇ ਕੋਲ ਕੋਈ ਰਿਸਟ੍ਰਿਕਸ਼ਨਸ ਨਹੀਂ ਹੈ ਕਿ ਇਸ ਘਰ 'ਚ, ਮਤਲਬ ਉਹਦਾ ਕੋਈ ਪ੍ਰੋਬਲਮ ਹੀ ਨਹੀਂ ਆਉਣੀ, ਜੋ ਪਹਿਲਾਂ ਵਾਲੇ ਘਰਾਂ 'ਚ ਚੱਲਦਾ ਉਹ ਸਾਰਾ ਕੁਝ ਇਹਦੇ ਵਿੱਚ ਆਪਾਂ ਕਰ ਸਕਦੇ, ਬਿਲਕੁਲ ਬਿਲਕੁਲ, ਠੀਕ ਹੈ ਜੀ, ਬਿਲਕੁਲ, ਜਿਹੜੇ ਅਲੱਗ ਤੋਂ ਬੈਨੀਫਿਟ ਆ ਗਏ ਉਹ ਤੁਹਾਡੇ ਐਕਸਟਰਾ ਬੈਨੀਫਿਟ ਨੇ, ਹਾਂਜੀ ਹਾਂਜੀ ਜੀ। ਸਰ ਹੁਣ ਇੱਕ ਮੇਨ ਸਵਾਲ ਆ ਗਿਆ ਛੱਤ ਦਾ, ਹਾਂਜੀ, ਛੱਤ ਕਿਸ ਤਰੀਕੇ ਨਾਲ ਬਣੀ ਹੋਈ ਹੈ? ਸਰ ਇਹ ਜਿਹੜੀ ਛੱਤ ਹੈ ਇਹ ਗੇਬਲ ਰੂਫ ਹੈ, ਸਲੋਪੀ ਰੂਫ ਹੈ, ਮਤਲਬ ਆਹ ਤੁਸੀਂ ਦੇਖੋਗੇ ਸਾਈਡ ਤੇ ਆਹ ਗਟਰ ਲੱਗੇ ਨੇ, ਰੇਨ ਵਾਟਰ ਸਾਰਾ ਅਸੀਂ ਕੈਰੀ ਕਰਕੇ ਥੱਲੇ ਉਤਾਰ ਰਹੇ ਹਾਂ, ਠੀਕ ਹੈ ਜੀ। ਕਿਸੇ ਨੂੰ ਲੈਂਟਰ ਚਾਹੀਦਾ ਤਾਂ ਫਲੈਟ ਰੂਫ ਵੀ ਪੈ ਜਾਂਦੀ ਹੈ, ਉਹਦੇ 'ਚ ਜੁਆਇਸਟ ਹੁੰਦੀ ਹੈ, ਡੈਕਸ਼ੀਟ ਪਊਗੀ, ਉੱਤੇ ਕੰਕਰੀਟਿੰਗ ਹੋ ਜਾਊਗੀ, 3-4 ਇੰਚੀ ਦਾ ਲੈਂਟਰ ਪੈ ਜਾਂਦਾ, ਜਿੱਦਾਂ ਕਨਵੈਨਸ਼ਨਲ 'ਚ ਹੁੰਦਾ ਸੇਮ, ਪਰ ਸਾਨੂੰ ਸ਼ਟਰਿੰਗ ਕਰਨ ਦੀ ਜ਼ਰੂਰਤ ਨਹੀਂ ਹੈ, ਸਾਡੀ ਜੁਆਇਸਟ ਹੁੰਦੀਆਂ ਨੇ ਜੋ ਲੋਡ ਕੈਰੀ ਕਰਦੀਆਂ ਨੇ, ਉਹਦੇ ਉੱਤੇ ਡੈਕਸ਼ੀਟ ਆ ਜਾਂਦੀ ਹੈ, ਫਿਰ ਉੱਤੇ ਲੈਂਟਰ ਪੈ ਜਾਂਦਾ ਜੀ, ਹਾਂਜੀ। ਅਤੇ ਇਹ ਸਰ ਜੇ ਦੇਖੀਏ ਸਾਊਂਡ ਪਰੂਫ ਵੀ ਰਹਿੰਦੇ ਫਿਰ ਇਹ? ਹਾਂਜੀ ਸਰ, ਇਹਦਾ ਇਹਦੇ ਕੀ ਹੈ, ਇਹਨਾਂ ਦੇ ਜਿਹੜਾ ਅਸੀਂ ਮੈਟਲ ਸ਼ਿੰਗਲ ਪਾਇਆ ਉੱਤੇ, ਉਹਦੇ ਥੱਲੇ ਇਨਸੂਲੇਸ਼ਨ ਵੀ ਦਿੱਤੀ ਹੈ, ਹੁਣ ਤੁਸੀਂ ਮੀਂਹ ਪੈ ਕੇ ਹਟਿਆ ਹੈ, ਅਸੀਂ ਅੰਦਰ ਸੀਗੇ, ਬਿਲਕੁਲ ਵੀ ਸਾਊਂਡ ਨਹੀਂ ਆਉਂਦਾ ਬਾਰਿਸ਼ ਦਾ ਨੀਚੇ, ਔਰ ਹੀਟ ਵੀ ਨਹੀਂ ਆਊਗੀ, ਹੀਟ ਵੀ ਨਹੀਂ, ਹਾਂਜੀ ਬਾਈ ਜੀ। ਇੱਕ ਚੀਜ਼ ਹੋਰ ਵੀ ਹੈ ਨਾ, ਹਾਂਜੀ ਹਾਂਜੀ, ਜਦੋਂ ਫਾਰਮ ਹਾਊਸ ਬਣਾਉਂਦਾ ਕੋਈ ਖੇਤ, ਹਾਂਜੀ, ਉਹ ਕਹਿੰਦੇ ਨੇ ਵਾਸ਼ਰੂਮ ਇੱਕ ਰੂਮ ਹੀ ਬਣਾਉਣਾ, ਹਾਂਜੀ ਹਾਂਜੀ, ਉਹਦੇ ਲਈ ਤਾਂ ਇਹ ਮੈਂ ਕਹਿੰਦਾ ਬੈਸਟ, ਬਹੁਤ ਮਤਲਬ ਸਾਡੇ ਕੋਲ, ਮੈਂ ਸਾਡੇ ਕੋਲ ਅਪਕਮਿੰਗ ਪ੍ਰੋਜੈਕਟ ਹੈ ਇੱਕ ਚੰਡੀਗੜ੍ਹ 'ਚ, ਫਾਰਮ ਹਾਊਸ 'ਚ ਕਾਫੀ ਸਕਸੈਸਫੁਲ ਚੀਜ਼ ਹੈਗੀ ਹੈ, ਠੀਕ ਹੈ, ਮਤਲਬ ਕਿੱਦਾਂ ਉੱਥੇ ਕੁਆਲਿਟੀ ਦਾ ਇੱਦਾਂ, ਸਾਡੇ ਸਟਰਕਚਰ ਨਾ ਸਟੈਂਡਰਡਾਈਜੇਸ਼ਨ ਚੀਜ਼ਾਂ ਨੇ, ਮਤਲਬ ਇਸ 'ਚ ਕੰਪਰੋਮਾਈਜ਼ ਕੋਈ ਨਹੀਂ, ਇੱਦਾਂ ਨਾ ਜਦੋਂ ਕੋਈ ਚੜਾਈ ਕਰਦਾ ਉਹਨੇ ਰੇਸ਼ੋ ਠੀਕ ਪਾਈ ਜਾਂ ਨਹੀਂ ਪਾਈ, ਸਾਡੇ ਪ੍ਰੋਜੈਕਟ 'ਚ ਕਿਆ ਸਟੈਂਡਰਡਾਈਜ਼ ਹੈ, 8 mm ਦਾ ਬੋਰਡ ਲੱਗਣਾ ਤਾਂ 8 mm ਦਾ ਹੀ ਲੱਗੂਗਾ, ਸਟੀਲ ਜਿਹੜਾ ਯੂਜ਼ ਹੋਣਾ ਉਹੀ ਯੂਜ਼ ਹੋਣਾ, ਕੋਈ ਕੰਪਰੋਮਾਈਜ਼ ਨਹੀਂ ਹੈ ਇਸ ਟੈਕਨੋਲੋਜੀ, ਮਤਲਬ ਬੇਫਿਕਰ ਹੋ ਕੇ ਤੁਸੀਂ ਚਾਹੇ ਬਾਹਰ ਵੀ ਰਹਿੰਦੇ ਹੋ ਕਿਤੇ ਵੀ, ਤੁਸੀਂ ਸਾਨੂੰ ਕੰਟਰੈਕਟ ਦਿਓ, ਇੱਕ ਵਾਰ ਨਕਸ਼ਾ ਫਾਈਨਲ ਹੋ ਗਿਆ, ਬਿਲਕੁਲ ਉਹੀ ਉਹੀ ਚੀਜ਼ਾਂ ਜੋ ਮਤਲਬ ਵਧੀਆ ਨੇ ਉਹੀ ਤੁਹਾਨੂੰ ਮਿਲਣਗੀਆਂ ਇਸ ਸਟਰਕਚਰ 'ਚ ਜੀ। ਹਾਂਜੀ ਦੋਸਤੋ, ਇੰਡੂ ਪ੍ਰੀਫੈਬ ਦਾ ਜਿਵੇਂ ਆਪਾਂ ਇਹ ਨਵੀਂ ਤਕਨੀਕ ਤੁਹਾਨੂੰ ਦਿਖਾਈ ਹੈਗੀ, ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਸਟਰਕਚਰ ਵੀ ਤੁਹਾਨੂੰ ਦਿਖਾਵਾਂ ਵੀ ਕਿਵੇਂ ਬਿਲਡਿੰਗ ਬਣਦੀ ਹੈਗੀ। ਇਹ ਅਸੀਂ ਬਿਲਡਿੰਗ ਬਣੀ ਹੋਈ ਤਾਂ ਦਿਖਾਈ ਸੀ ਕਿਉਂਕਿ ਅੰਮ੍ਰਿਤਸਰ ਏਰੀਏ ਦੇ ਵਿੱਚ ਬਾਈ ਹੋਰਾਂ ਨੇ ਕੰਮ ਕੀਤਾ ਹੋਇਆ ਸੀ, ਅਤੇ ਇੱਧਰ ਸਾਡਾ ਅੱਜ ਰੂਟ ਸੀਗਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨਵੇਂ ਐਪੀਸੋਡ ਮਿਲਣਗੇ ਉਹਦੇ ਵਿੱਚ ਤੁਹਾਨੂੰ ਇੱਕ ਇੱਕ ਤਕਨੀਕ ਦਾ ਹਿੱਸਾ ਦਿਖਾਵਾਂਗੇ ਵੀ ਕਿਵੇਂ ਕਿਵੇਂ ਮਤਲਬ ਹਾਂ ਸਾਰਾ ਸਟਰਕਚਰ ਫਿੱਟ ਹੁੰਦਾ ਹੈਗਾ, ਅਤੇ ਕਿਵੇਂ
45 ਤੋਂ 60 ਦਿਨਾਂ ਦੇ ਵਿੱਚ ਘਰ ਇਹ ਰੈਡੀ ਕਰਕੇ ਦੇ ਜਾਂਦੇ ਨੇ। ਅਤੇ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ ਦੋਸਤੋ। ਥੈਂਕ ਯੂ।